ਪੰਜਾਬ ਦੇ ਕਿਸਾਨਾਂ ਵੱਲੋਂ ਹਿੰਦੁਸਤਾਨ ਦੇ ਅਨਾਜ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਜਾਂਦਾ। ਇਸ ਦਾ ਮੁੱਖ ਕਾਰਨ ਪੰਜਾਬ ਦੇ ਬਹੁਤੇ ਲੋਕਾਂ ਦਾ ਖੇਤੀ ਨਾਲ ਸੰਬੰਧਿਤ ਹੋਣਾ। 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ 75% ਲੋਕ ਸਿੱਧੇ ਰੂਪ ਵਿੱਚ ਖੇਤੀ ਨਾਲ ਜੁੜੇ ਹੋਏ ਨੇ। ਇਸ ਦੇ ਵਿੱਚ ਜੇਕਰ ਕਿਸਾਨ ਪਰਿਵਾਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਗਿਣਤੀ 10,53,000 ਦੇ ਕਰੀਬ ਹੈ। ਪੰਜਾਬ ਦੇ ਵਿੱਚ ਜਿਹੜੀ ਟੋਟਲ ਜ਼ਿਮੀਂਦਾਰ ਦੀ ਫੈਮਿਲੀਜ਼ ਨੇ 10,53,000 ਫੈਮਿਲੀਜ਼ ਨੇ, ਅਤੇ ਜਿਨ੍ਹਾਂ ਕੋਲ 39,67,000 ਹੈਕਟੇਅਰ ਜ਼ਮੀਨ ਹੈ। ਅਤੇ ਜਿਹੜਾ ਛੋਟਾ ਕਿਸਾਨ ਹੈ, ਜੇ 1 ਹੈਕਟੇਅਰ ਤੋਂ ਘੱਟ ਕਿਸਾਨ ਹੈ, ਅਤੇ ਉਹਦੇ 1,64,000 ਸਾਡੇ ਕੋਲ ਫੈਮਿਲੀਜ਼ ਉਹ ਨੇ, ਅਤੇ ਉਹਨਾਂ ਕੋਲ ਕੁੱਲ 1,01,000 ਹੈਕਟੇਅਰ ਜ਼ਮੀਨ ਹੈ। ਅਤੇ ਜੇ 1 ਤੋਂ 2 ਹੈਕਟੇਅਰ ਵਾਲੇ ਜਿਹੜੇ 5 ਏਕੜ ਤੁੱਕਰ ਦੇ ਕਿਸਾਨ ਨੇ, ਉਹ ਹੈਗੇ ਨੇ ਸਾਡੇ ਕੋਲ 1,95,000 ਫੈਮਿਲੀਜ਼। ਅਤੇ ਜਿਨ੍ਹਾਂ ਕੋਲ 2,69,000 ਹੈਕਟੇਅਰ ਲੈਂਡ ਉਹਨਾਂ ਕੋਲ ਜ਼ਮੀਨ ਹੈ, ਅਤੇ 2 ਤੋਂ 4 ਹੈਕਟੇਅਰ ਵਾਲੇ ਸਾਡੇ ਕੋਲ 3,25,000 ਫੈਮਿਲੀਜ਼ ਨੇ, ਅਤੇ ਜਿਨ੍ਹਾਂ ਕੋਲ 8,55,000 ਹੈਕਟੇਅਰ ਜ਼ਮੀਨ ਹੈ, ਅਤੇ 4 ਤੋਂ 10 ਹੈਕਟੇਅਰ ਤੁੱਕਰ ਦੇ ਸਾਡੇ ਕੋਲ 2,99,000 ਫੈਮਿਲੀਜ਼ ਨੇ, ਅਤੇ 17,13,000 ਉਹਨਾਂ ਕੋਲ ਲੈਂਡ ਹੈ। ਅਤੇ ਜਿਹੜੇ ਵੱਡੇ ਕਿਸਾਨ ਨੇ 4 ਤੋਂ 10 ਹੈਕਟੇਅਰ ਜਾਂ ਉਹਦੇ ਤੋਂ ਉੱਪਰ, ਉਹ ਸਾਡੇ ਕੋਲ 70,000 ਬੰਦੇ ਨੇ, ਅਤੇ ਉਹਨਾਂ ਕੋਲ ਜਿਹੜੀ ਜ਼ਮੀਨ ਹੈ ਉਹ 10,29,000 ਹੈਕਟੇਅਰ ਜ਼ਮੀਨ ਹੈਗੀ ਹੈ। ਯਾਨੀ ਵੱਡੇ ਥੋੜ੍ਹੇ ਕਿਸਾਨ ਨੇ 70,000 ਅਤੇ ਜ਼ਮੀਨ 10,29,000 ਹੈ। ਭਾਰਤ ਸਰਕਾਰ ਦੀਆਂ ਕਾਰਵਾਈਆਂ ਅਤੇ ਪੰਜਾਬ ਪ੍ਰਤੀ ਪਾਲਿਸੀਆਂ ਨੂੰ ਵੇਖਦਿਆਂ ਅਕਸਰ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਇਹ ਗੱਲ ਆਉਂਦੀ ਹੈ ਕਿ ਭਾਰਤ ਦੀ ਸਰਕਾਰ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਨੂੰ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਘੱਟ ਤਵੱਜੋ ਦਿੰਦੀ ਹੈ। 1971 'ਚ ਭਾਰਤ ਸਰਕਾਰ ਨੇ ਜਦੋਂ ਕਹਿ ਦਿੱਤਾ ਵੀ ਕਣਕ ਦਾ ਭਾਅ 76 ਰੁਪਈਏ ਤੋਂ ਘਟਾ ਕੇ 71 ਰੁਪਈਏ ਕਰ ਦਿੱਤਾ ਜਾਊ, ਆਪ ਮੁਹਾਰਾ ਵਿਰੋਧ ਸੀ ਤਾਂ ਫਿਰ ਅਸੀਂ ਥਾਂ ਥਾਂ ਜਲਸੇ ਜਲੂਸ ਕਿਸਾਨਾਂ ਨੇ ਆਪ ਕੱਢੇ, ਅਤੇ ਅਸੀਂ ਇੱਕ ਵੱਡਾ ਜਲੂਸ ਲੈ ਕੇ ਕੋਈ 60-70 ਬੱਸਾਂ ਭਰ ਕੇ ਪੰਜਾਬ 'ਚੋਂ ਇੰਦਰਾ ਗਾਂਧੀ ਦੇ ਉਦੋਂ ਪ੍ਰਧਾਨ ਮੰਤਰੀਆਂ ਦੇ ਕੋਠੀਆਂ ਦੇ ਪ੍ਰਧਾਨ ਮੰਤਰੀ ਲੋਕਾਂ ਨੂੰ ਮਿਲਿਆ ਕਰਦੇ ਸੀ, ਅੱਜ ਵਾਂਗੂ ਕਰਫਿਊ ਨਹੀਂ ਲੱਗਦਾ ਉੱਥੇ, ਅਤੇ ਉਦੋਂ ਅਸੀਂ ਪ੍ਰਧਾਨ ਮੰਤਰੀ ਨੂੰ ਮਿਲਣ ਚਲੇ ਗਏ ਇੰਦਰਾ ਗਾਂਧੀ ਨੂੰ, ਉਹਦੇ ਨਾਲ ਜਦੋਂ ਗੱਲਬਾਤ ਕੀਤੀ ਉਹਦਾ ਜਵਾਬ ਸੀ ਪੰਜਾਬ ਕੇ ਕਿਸਾਨੋ ਅਬ ਆਏ ਹੋ, ਅਬ ਕੀ ਬਾਰ ਤੋਂ ਆਪਕੀ ਬਾਤ ਮੰਨ ਲੇਤੀ ਹੂੰ, ਅਗਲੀ ਵਾਰ ਕੋਈ ਗਰੰਟੀ ਨਹੀਂ ਕਿ ਇਹ ਦਾਮ ਇਹੀ ਰਹੇਗੇ, ਆਪਕੀ ਇੱਛਾ ਹੋ ਗੇਹੂੰ ਬੋ, ਆਪਕੀ ਇੱਛਾ ਹੋ ਨਾ ਬੋ। ਤੋ ਅਸੀਂ ਉੱਥੇ ਹੀ ਕਹਿ ਕੇ ਆ ਗਏ ਵੀ ਠੀਕ ਹੈ, ਤੇਰੀ ਜਿਹੜੀ ਸੋਚ ਹੈ ਅਸੀਂ ਆਪਣੇ ਭਰਾਵਾਂ ਵਿੱਚ ਲੈ ਕੇ ਜਾਵਾਂਗੇ, ਉਹਨਾਂ ਨੂੰ ਦੱਸਾਂਗੇ ਤੁਹਾਡਾ ਕੀ ਐਟੀਚਿਊਡ ਹੈ, ਔਰ ਅਸੀਂ ਉਹਨਾਂ ਨੂੰ ਆਰਗਨਾਈਜ਼ ਕਰਾਂਗੇ। ਉਹ ਤੋਂ ਬਾਅਦ ਲਗਾਤਾਰ ਅਸੀਂ ਕਿਸਾਨਾਂ ਨੂੰ ਆਰਗਨਾਈਜ਼ ਕਰਨ 'ਤੇ ਲੱਗੇ ਰਹੇ ਹਾਂ। ਸ਼ੁਰੂ ਦੇ ਵਿੱਚ ਤਾਂ ਜ਼ਿਆਦਾ ਆਇਆ, ਗ੍ਰੀਨ ਰੈਵੋਲਿਊਸ਼ਨ ਹੋਈ ਹੈ, ਪੰਜਾਬ ਇੱਕਦਮ ਉੱਭਰ ਕੇ ਨਿਕਲਿਆ ਸੀ, ਪਰ ਜਦ ਸਾਡਾ ਪਾਣੀ ਲੈ ਗਏ, ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਸਾਰਾ ਇਹਨਾਂ ਨੇ ਕੰਟਰੋਲ ਕਰ ਲਿਆ, ਫਿਰ ਅਸੀਂ ਮਾਰੇ ਗਏ। ਇਹ ਜਿਹੜੀ ਸੈਂਟਰਲ ਦੀ ਇੰਟਰਵੈਂਸ਼ਨ ਵਿੱਚ ਆਈ ਹੈ, ਇਹਨੇ ਸਾਨੂੰ ਬਹੁਤ ਨੁਕਸਾਨ ਦਿੱਤਾ। ਜਿਹੜਾ ਕਿਸਾਨਾਂ ਨੂੰ ਖੁਸ਼ਹਾਲ ਬਣਾਉਣਾ ਨਾ, ਉਹ ਸਟੇਟ ਦੇ ਹੱਥ 'ਚ ਰਿਹਾ ਨਹੀਂ, ਉਹ ਸੈਂਟਰ ਨੇ ਤੁਹਾਡੇ ਹੱਕ ਖੋਹ ਲਏ। ਐਗਰੀਕਲਚਰ ਸਟੇਟ ਸਬਜੈਕਟ ਸੀ, ਐਗਰੀਕਲਚਰ ਮਾਰਕੀਟਿੰਗ ਖੋਹ ਲਈ, ਤੁਸੀਂ ਆਪਣੀ ਜਿਣਸ 'ਤੇ ਆਪਣਾ ਮੁੱਲ ਨਹੀਂ ਲਾ ਸਕਦੇ। ਐਜੂਕੇਸ਼ਨ ਸੀਗੀ, ਜਿਹੜੇ ਕਿਸਾਨ ਸੀਗੇ ਉਹ ਪਹਿਲਾਂ ਪੰਜਾਬ ਸਾਰੇ ਸੂਬਿਆਂ ਨਾਲੋਂ ਐਜੂਕੇਸ਼ਨ 'ਚ ਨੰਬਰ 1 ਸਟੇਟ ਸੀ।
ਹੁਣ ਅਸੀਂ ਨੰਬਰ 19 ਜਾਂ 20 ਤੇ ਆ ਗਏ। ਪੰਜਾਬ ਨੇ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਮੁੱਢ ਬੰਨਿਆ ਅਤੇ ਹੋਰਨਾਂ ਸੂਬਿਆਂ ਨਾਲੋਂ ਕਿਤੇ ਵੱਧ ਅਨਾਜ ਦਾ ਯੋਗਦਾਨ ਭਾਰਤੀ ਅਨਾਜ ਭੰਡਾਰ ਵਿੱਚ ਪਾ ਕੇ ਭਾਰਤ ਦੇ ਲੋਕਾਂ ਦੀਆਂ ਅਨਾਜ ਲੋੜਾਂ ਨੂੰ ਪੂਰਾ ਕੀਤਾ। ਪਰ ਫਿਰ ਵੀ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਸਨਮਾਨ ਨਹੀਂ ਮਿਲਿਆ। ਨਾ ਤਾਂ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਸਹੀ ਮੁੱਲ ਮਿਲਿਆ ਅਤੇ ਨਾ ਹੀ ਹੋਰ ਸਹੂਲਤਾਂ। ਪੰਜਾਬ ਨੇ ਜਿੰਨਾ ਕੰਟਰੀਬਿਊਟ ਕੀਤਾ ਅਤੇ ਉਹਦੇ ਹਿਸਾਬ ਨਾਲ ਸਾਡੀ ਜਿਹੜੀ ਹੈ ਉਨੇ ਸਾਨੂੰ ਪੈਸੇ ਨਹੀਂ ਆ ਰਹੇ, ਉਨਾ ਸਾਨੂੰ ਪੈਕੇਜ ਨਹੀਂ ਮਿਲ ਰਿਹਾ ਜਿੰਨਾ ਕਿ ਦੂਸਰੀਆਂ ਸਟੇਟਸ ਨੂੰ ਕਈ ਵਾਰ ਮਿਲ ਜਾਂਦਾ, ਕਿਉਂਕਿ ਸਾਡਾ ਕਣਕ ਅਤੇ ਝੋਨੇ ਦੇ ਵਿੱਚ ਆਪਣੀ ਬਹੁਤ ਕੰਟਰੀਬਿਊਸ਼ਨ ਹੈ। ਅਤੇ ਹੁਣ ਜੇ ਤੁਸੀਂ ਪਿੱਛੇ ਲਾਓ ਤਾਂ ਅਸੀਂ 1109 ਕਰੋੜ ਰੁਪਈਏ ਦੀ ਸਕੀਮ ਦਿੱਤੀ ਸੀ ਭਾਰਤ ਸਰਕਾਰ ਨੂੰ ਵੀ ਸਾਨੂੰ ਪਰਾਲੀ ਨੂੰ ਮੈਨੇਜ ਕਰਨਾ, ਅਸੀਂ ਕਿਸਾਨਾਂ ਨੂੰ ਸਬਸਿਡੀਆਂ ਦੇਣੀਆਂ ਨੇ, ਅਸੀਂ ਉਹਨਾਂ ਨੂੰ ਮਸ਼ੀਨਰੀ ਉਪਲਬਧ ਕਰਾਉਣੀ ਹੈ, ਅਸੀਂ 100 ਰੁਪਈਆ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਬੋਨਸ ਵੀ ਮੰਗਿਆ ਸੀਗਾ ਵੀ ਜਿਹੜੇ ਕਿਸਾਨ ਨਹੀਂ ਅੱਗ ਲਾਉਣਗੇ ਅਤੇ ਉਹਨਾਂ ਨੂੰ ਅਸੀਂ 100 ਰੁਪਈਆ ਬੋਨਸ ਦਈਏ ਤਾਂ ਕਿ ਉਹਦੇ ਨਾਲ ਕੰਪਨਸੇਟ ਹੋ ਜਾਣ, ਉਹਨਾਂ ਨੂੰ ਕੁਛ ਪੈਦਾ ਹੋਵੇ ਅਤੇ ਉਹ ਕਰ ਲੈਣਗੇ। ਅਤੇ ਉਹ ਵੀ ਨਹੀਂ ਸਾਨੂੰ ਮਿਲਿਆ ਹੈਗਾ, ਉਹ ਪੰਜਾਬ ਸਰਕਾਰ ਉਹਦਾ ਸੀਗਾ। ਅਤੇ ਫਿਰ ਜੇ ਅਸੀਂ MSP ਹੈ ਜਿਹੜੀ ਆਪਣਾ ਸਮਰਥਨ ਮੁੱਲ ਮੰਗਦੇ ਹਾਂ, ਅਸੀਂ PAU ਦੇ ਨਾਲ ਐਕਸਪਰਟ ਦੇ ਨਾਲ ਸਾਰਾ ਰਲ ਕੇ ਇੱਕ ਰਿਪੋਰਟ ਬਣਦੀ ਹੈ ਅਤੇ ਉਹਨੂੰ ਅਸੀਂ ਸੈਂਟਰਲ ਜਿਹੜਾ ਪ੍ਰਾਈਸ ਕਮਿਸ਼ਨ ਹੈ ਉਹਨੂੰ ਪੇਸ਼ ਕਰਦੇ ਹਾਂ ਵੀ ਸਾਡਾ ਇੰਨਾ ਖਰਚਾ ਆਉਂਦਾ ਅਤੇ ਇਹਦੇ ਹਿਸਾਬ ਨਾਲ ਸਾਨੂੰ ਸਮਰਥਨ ਮੁੱਲ ਮਿਲਣਾ ਚਾਹੀਦਾ ਅਤੇ ਉਹ ਵੀ ਸਾਡਾ 400-500 ਰੁਪਈਆ ਉਹਦੇ ਨਾਲ ਵੱਧ ਹੁੰਦਾ। ਭਾਰਤ ਸਰਕਾਰ ਨੇ ਕਿਸਾਨਾਂ ਨੂੰ ਮੁਸ਼ਕਲਾਂ ਵਿੱਚੋਂ ਕੱਢਣਾ ਤਾਂ ਕੀ ਸੀ, ਉਲਟਾ ਉਹਨਾਂ ਦੀਆਂ ਫਸਲਾਂ ਦਾ ਘੱਟ ਮੁੱਲ ਲਾ ਕੇ ਆਪਣੇ ਖਜ਼ਾਨੇ ਭਰਨੇ ਸ਼ੁਰੂ ਕਰ ਦਿੱਤੇ। ਡਾਕਟਰ ਘੁੰਮਣ ਕਮੇਟੀ ਨੇ ਪਿੱਛੇ 2008 ਵਿੱਚ ਆਪਣੀ ਰਿਪੋਰਟ 'ਚ ਕਿਹਾ ਕਣਕ ਔਰ ਝੋਨੇ ਨੂੰ ਸਟੱਡੀ ਕਰਕੇ ਵੀ ਸਿਰਫ ਪੰਜਾਬ ਦੇ ਕਿਸਾਨਾਂ ਦਾ 1966-67 ਤੋਂ ਜਦੋਂ ਤੋਂ ਸਰਕਾਰ ਭਾਅ ਮਿਥਣ ਲੱਗੀ ਹੈ, ਜਦੋਂ ਤੋਂ ਹਰੇ ਇਨਕਲਾਬ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਲੈ ਕੇ 2007-08 ਤੱਕ ਕੇਵਲ ਕਣਕ ਔਰ ਝੋਨਾ ਦੋ ਫਸਲਾਂ ਵਿੱਚ 61,696 ਕਰੋੜ ਰੁਪਈਆ ਕਿਸਾਨਾਂ ਨੂੰ ਘੱਟ ਭਾਅ ਦੇ ਕੇ ਭਾਰਤ ਸਰਕਾਰ ਨੇ ਸਕੀਜ਼ ਕਰ ਲਿਆ। 61,696 ਕਰੋੜ ਰੁਪਈਆ ਜਿਹੜਾ ਅਸਲ ਸਾਡਾ ਬਣਦਾ ਸੀ ਉਦੋਂ ਘੱਟ ਪ੍ਰੋਫਿਟ ਨਹੀਂ ਇਹਦੇ ਵਿੱਚ ਅਤੇ ਉਹਨਾਂ ਨੇ ਵਰਕਆਊਟ ਕਰਕੇ ਦਿੱਤਾ ਅਤੇ ਸਰਕਾਰੀ ਕਮੇਟੀ ਹੈ। ਅਤੇ ਮੇਰਾ ਇਹ ਮੰਨਣਾ ਹੈ ਵੀ 5.5 ਸਾਲ ਵਿੱਚ ਜੇ ਤੁਹਾਡੀ ਬੈਂਕ 'ਚ ਰਕਮ ਪਈ ਹੋਵੇ ਉਹ ਦੁੱਗਣੀ ਹੋ ਜਾਂਦੀ ਹੈ। ਅੱਜ ਉਹ 2 ਲੱਖ ਕਰੋੜ ਦੇ ਨੇੜੇ ਬਣਦੀ ਹੈ, 9 ਸਾਲ ਹੋ ਗਏ। ਅਤੇ ਮੈਂ ਸਮਝਦਾ ਵੀ ਕਿਸਾਨਾਂ ਦੇ ਜੁੰਮੇ 90,000 ਕਰੋੜ ਰੁਪਈਆ ਬੈਂਕਰਸ ਕਮੇਟੀ ਦੇ ਮੁਤਾਬਕ ਸਾਰਾ ਬੈਂਕਾਂ ਦਾ, ਕਮਰਸ਼ੀਅਲ ਬੈਂਕਾਂ ਦਾ, ਕੋਆਪਰੇਟਿਵਸ ਦਾ ਲੋਨ ਹੈ ਅਤੇ 45,000 ਕਰੋੜ ਰੁਪਈਆ ਆੜ੍ਹਤੀਆਂ ਦਾ, 1.25 ਲੱਖ ਕਰੋੜ ਰੁਪਈਆ ਮੈਂ ਤਾਂ ਹਰ ਲੈਵਲ 'ਤੇ ਸਰਕਾਰਾਂ ਨੂੰ ਕਿਹਾ ਵੀ ਉਹ ਕੱਟ ਲਓ, ਬਾਕੀ ਦੇ ਪੈਸੇ ਕਿਸਾਨਾਂ ਨੂੰ ਦਿਓ, ਜੇ ਕੋਈ ਗਰੀਬ ਰਹਿ ਗਿਆ ਤਾਂ ਸਾਨੂੰ ਦੱਸੋ। ਇਸ ਨਿਰਾਸ਼ਾ ਕਰਕੇ ਅਤੇ ਖੇਤੀ ਵਿੱਚ ਰੁਜ਼ਗਾਰ ਅਤੇ ਕਮਾਈ ਨਾ ਹੋਣ ਕਰਕੇ ਕਿਸਾਨ ਖੇਤੀ ਛੱਡਦਾ ਜਾ ਰਿਹਾ। 1991 ਦੇ ਵਿੱਚ 5 ਲੱਖ ਪੰਜਾਬ ਦੇ ਛੋਟਾ ਕਿਸਾਨ ਸੀਗਾ, ਉਹਨਾਂ ਦਾ ਨੰਬਰ ਹੁਣ 3.5 ਲੱਖ ਰਹਿ ਗਿਆ, 3,60,000 ਹੈ ਹੁਣ। ਤਾਂ ਇਹ ਜਿਹੜਾ 1.5 ਤੋਂ 2 ਲੱਖ ਕਿਸਾਨ ਹੈ ਜਿਹੜੇ ਪਿਛਲੇ ਸਮੇਂ 'ਤੇ ਖੇਤੀ 'ਚੋਂ ਬਾਹਰ ਹੋਏ, ਇਹ ਕਿੱਥੇ ਗਏ? ਜੇ ਤੁਸੀਂ ਇਹਦੀ ਸਟੱਡੀ ਕੀਤੀ ਤਾਂ ਉਹਨਾਂ ਨੇ ਬਹੁਤ ਸਾਰੇ ਥਾਵਾਂ 'ਤੇ, ਉਹਨਾਂ ਦੇ ਵਿੱਚੋਂ ਵੱਡਾ ਹਿੱਸਾ ਮਜ਼ਦੂਰੀ ਵੱਲ ਵੀ ਚਲਾ ਗਿਆ, 5-10% ਨੇ ਹੋਰ ਧੰਦੇ ਸ਼ੁਰੂ ਕੀਤੇ, ਕਿਸੇ ਨੇ ਦੁੱਧ ਵੇਚਣਾ ਸ਼ੁਰੂ ਕੀਤਾ, ਕਿਸੇ ਨੇ ਟਰਾਂਸਪੋਰਟ ਦੇ ਵਿੱਚ ਮੁੰਡਾ ਕੋਈ ਟਰੱਕ ਲੈ ਲਿਆ, ਕੋਈ ਵੈਨ ਪਾਲੀ, ਸਕੂਲ ਦੇ ਵਿੱਚ ਕਈ ਧੰਦੇ ਕੀਤੇ, 10% ਬਾਹਰ ਵੀ ਚਲੇ ਗਏ। ਅਰਥ ਵਿਗਿਆਨੀਆਂ ਦਾ ਕਹਿਣਾ ਹੁੰਦਾ ਕਿ ਕੇਵਲ ਖੇਤੀ ਉੱਤੇ ਨਿਰਭਰ ਰਹਿਣ ਕਰਕੇ ਪੰਜਾਬ ਤਰੱਕੀ ਨਹੀਂ ਕਰ ਪਾ ਰਿਹਾ, ਪੰਜਾਬ ਦੇ ਲੋਕਾਂ ਨੂੰ ਖੇਤੀ ਤੋਂ ਬਿਨਾਂ ਹੋਰ ਧੰਦੇ ਅਤੇ ਨੌਕਰੀਆਂ ਕਰਨੀਆਂ ਚਾਹੀਦੀਆਂ ਨੇ। ਪਰ ਨੌਕਰੀਆਂ ਦੇਣਾ ਅਤੇ ਰੁਜ਼ਗਾਰ ਪੈਦਾ ਕਰਨਾ ਵੀ ਤਾਂ ਸਰਕਾਰ ਦੇ ਹੱਥ ਵਿੱਚ ਹੀ ਹੈ।
ਐਗਰੀਕਲਚਰ ਜੇ ਐਗਰੀਕਲਚਰ ਤੁਹਾਨੂੰ ਨਾ ਕੁਛ ਹੋਇਆ ਹੋਰ ਤਾਂ ਤੁਹਾਡੇ ਪਾਸ ਕੁਛ ਕਰਨ ਨੂੰ ਨਹੀਂ ਸੀ, ਤੁਸੀਂ ਫੌਜ 'ਚ ਭਰਤੀ ਕਰ ਲੈਂਦੇ ਤੇ। ਤਾਂ ਉਸ ਵੇਲੇ ਸਾਡੇ ਫੌਜ ਦੇ ਵਿੱਚ ਭਰਤੀ ਸਾਡੀ ਕੋਈ ਫੌਜ ਅਫਸਰਾਂ ਦੀ 25% ਦੀ ਸੀ, ਅੱਜ 1% 'ਤੇ ਲੈ ਆਉਂਦੀ ਤੁਸੀਂ। ਇਹਦਾ ਮਤਲਬ ਜਿਹੜੀ ਸਾਡੀ ਫੌਜ ਦੀ ਭਰਤੀ ਸੀ ਉਹ ਤੁਸੀਂ ਬਿਲਕੁਲ ਹੀ ਠੋਕਤੀ। ਜਿਹੜੀ ਪੈਰਾਮਿਲਟਰੀ ਸੀਗੀ ਉਹ ਵੀ ਕੋਈ 25-30% ਸੀ, ਉਹ ਵੀ ਤੁਸੀਂ ਜ਼ੀਰੋ ਕਰਤੀ। ਤੁਹਾਡੀਆਂ ਯੂਨੀਵਰਸਿਟੀਆਂ ਘੱਟ ਕਰਤੀਆਂ, ਹਰੇਕ ਜਗ੍ਹਾ ਤੁਹਾਨੂੰ ਘਾਟੇ 'ਚ ਰੱਖ ਰਹੇ ਨੇ, ਤੁਹਾਡਾ ਬਾਰਡਰ ਰੋਕਤਾ। ਨਾ ਤੁਸੀਂ ਉਹਨਾਂ ਨੂੰ ਫੌਜ 'ਚ ਲੈਂਦੇ ਹੋ, ਨਾ ਤੁਸੀਂ ਉਹਨਾਂ ਨੂੰ ਪੁਲਿਸ 'ਚ ਲੈਂਦੇ ਹੋ, ਇੰਡਸਟਰੀ ਤੁਸੀਂ ਉਹਨਾਂ ਨੂੰ ਦਿੱਤੀ ਹੈ ਨਹੀਂ, ਖੇਤੀ 'ਤੇ ਤੁਸੀਂ ਮੁੱਲ ਘੁੱਟ ਲਿਆ, ਵਿਚਾਰੇ ਜਾਣਗੇ ਕਿੱਥੇ। ਹੁਣ ਨਾ ਤਾਂ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀ ਹੈ, ਅਤੇ ਇਸ ਤੋਂ ਬਿਨਾਂ ਜੋ ਸਹੂਲਤਾਂ ਪਹਿਲਾਂ ਮਿਲ ਰਹੀਆਂ ਸਨ ਉਹ ਵੀ ਬੰਦ ਹੁੰਦੀਆਂ ਜਾ ਰਹੀਆਂ ਨੇ। ਤੁਸੀਂ ਹੈਰਾਨ ਹੋਵੋਗੇ, ਸਾਰੀਆਂ ਸਕੀਮਾਂ ਬੰਦ ਕਰਤੀਆਂ। ਜਿਹੜੇ ਸਾਨੂੰ ਮਾਈਨੋਰਟੀ ਕਮਿਸ਼ਨ ਦੇ ਪੈਸੇ ਮਿਲਦੇ ਹੁੰਦੇ ਸੀ, ਕਿਸਾਨਾਂ ਦੇ ਵੀ ਬੱਚਿਆਂ ਨੂੰ ਮਿਲ ਜਾਂਦੇ ਸੀ, ਸਿੱਖ ਹੋਣ ਕਰਕੇ ਪੜ੍ਹਾਈ ਕਰਨ ਵਾਸਤੇ ਉਹ ਸੈਂਟਰ ਦਿੰਦਾ, ਅਤੇ ਉਹ ਵੀ ਬੰਦ ਹੋਏ ਪਏ ਨੇ, ਉਹ ਵੀ ਕਿਸੇ ਨੂੰ ਨਹੀਂ ਮਿਲ ਰਹੇ। ਮਾਈਨੋਰਟੀ ਕਮਿਸ਼ਨ ਦੇ ਪੈਸੇ ਸਾਰੇ ਪੰਜਾਬ ਦੇ ਜਿਹੜੇ ਜੱਟ ਨਹੀਂ ਵੀ ਜੱਟ ਨੇ ਜਾਂ ਹਰੀਜਨ ਨਹੀਂ ਹੈਗੇ, ਉਹਨਾਂ ਨੂੰ ਸਾਰਿਆਂ ਨੂੰ ਉਹਦੇ ਵਿੱਚ ਲਿਆ ਕੇ ਸਰਕਾਰ ਉੱਥੋਂ ਸੈਂਟਰ ਤੋਂ ਕਲੇਮ ਕਰਕੇ ਦੇ ਸਕਦੀ ਹੈ ਪੈਸੇ। ਪੜ੍ਹਾਈ ਦਾ ਖਰਚਾ ਤਾਂ ਉਹਦੇ 'ਚੋਂ ਨਿਕਲ ਆਉਂਦਾ, ਪਰ ਉਹ ਵੀ ਸਰਕਾਰ ਨਹੀਂ ਦਿੰਦੀ, ਪੈਸੇ ਕਿਸੇ ਹੋਰ ਪਾਸੇ ਵਰਤ ਲੈਂਦੀ ਹੈ। ਸਰਕਾਰ ਕਹਿੰਦੀ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਵੱਖ ਵੱਖ ਸਕੀਮਾਂ ਅਤੇ ਸਬਸਿਡੀਆਂ ਦੇ ਰਹੀ ਹੈ, ਜਿਸ ਵਿੱਚ ਬਿਜਲੀ ਸਬਸਿਡੀ ਦਾ ਜ਼ਿਕਰ ਆਮ ਕੀਤਾ ਜਾਂਦਾ ਹੈ। ਪਰ ਇਹ ਸਬਸਿਡੀ ਪੰਜਾਬ ਦੇ ਕਿਸਾਨਾਂ ਲਈ ਕਿੰਨੀ ਕੁ ਲਾਹੇਵੰਦ ਹੈ, ਇਸ ਉੱਤੇ ਖੇਤੀ ਮਾਹਰਾਂ ਦੀ ਕੋਈ ਇੱਕ ਰਾਏ ਨਹੀਂ ਹੈ। ਆਹ ਜਿਹੜਾ ਬਿਜਲੀ ਪਾਣੀ ਫ੍ਰੀ ਦਿੰਦੇ ਹਾਂ ਨਾ ਅਸੀਂ, ਇਹ ਟੋਟਲ ਨੈਗੇਟਿਵ ਇਫੈਕਟ ਹੈ ਇਹਦਾ। ਔਰ ਇਹ ਮੈਂ ਬਹੁਤ ਵਾਰ ਸਮਝਾ ਚੁੱਕਾ ਹਾਂ ਕਿ ਇਹ ਬਹੁਤੀ ਕਰਕੇ ਫਾਰਮਰ ਦੇ ਪੱਲੇ ਨਹੀਂ ਪੈਂਦੀ। ਜਦ ਤੁਸੀਂ ਬਿਜਲੀ ਦੇ ਪਾਣੀ ਦੀ ਸਬਸਿਡੀ ਦਿੰਦੇ ਹੋ ਤਾਂ ਉਹ ਜਿਹੜੀ ਕਾਸਟ ਫਾਰਮਰ ਨਹੀਂ ਦਿੰਦਾ, ਜਦ ਉਹਨੇ 20 million ton 22 million ton ਜਿਹੜਾ ਫੂਡ ਸੀ ਗੌਰਮੈਂਟ ਖਰੀਦਦੀ ਆ, ਉਹ ਮਿਨੀਮਮ ਸਪੋਰਟ ਪ੍ਰਾਈਸ 'ਤੇ ਖਰੀਦਦੀ ਆ। ਜਦ ਕਮਿਸ਼ਨ ਉਹ ਮਿਨੀਮਮ ਸਪੋਰਟ ਪ੍ਰਾਈਸ ਲਈ ਕੋਸਟ ਕੰਸਿਡਰ ਕਰਦਾ, ਉਸ ਵੇਲੇ ਇਹ ਜਿਹੜੀ ਆ ਕੋਸਟ ਜ਼ੀਰੋ ਲੱਗ ਜਾਂਦੀ ਹੈ। ਸੋ ਜੇ ਫਾਰਮਰ ਨੂੰ ਫ੍ਰੀ ਮਿਲੀ ਆ ਤਾਂ ਉਹਦੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਆ ਉਹ 'ਚ ਵੀ ਉਹਦੀ ਜ਼ੀਰੋ ਲੱਗ ਜਾਂਦੀ ਆ। ਉਹਦੇ ਨਾਲ ਉਹਦੀ ਜਿਹੜੀ ਆ ਕੀਮਤ ਜਿਹੜੀ ਆ ਉਹ ਘੱਟ ਰਹਿ ਜਾਂਦੀ ਹੈ, MSC ਲੋਅ ਰਹਿ ਜਾਂਦੀ ਹੈ। ਸੋ ਜਦ MSC ਲੋਅ ਰਹਿ ਜਾਂਦੀ, MSP ਲੋਅ ਰਹਿ ਜਾਂਦੀ ਆ, ਫਿਰ ਜਿਹੜੀ ਇਸ਼ੂ ਪ੍ਰਾਈਸ ਉਹ ਵੀ ਲੋਅ ਹੋ ਜਾਂਦੀ ਹੈ। ਸੋ ਸਹੀ ਮੈਨੇ ਆ ਕਿ ਇਹਦੀ ਫਾਰਮਰ ਦੇ ਨਾਂ ਦੇ ਉੱਤੇ ਅਸੀਂ ਜਿਹੜੀ ਸਬਸਿਡੀ ਦੇ ਰਹੇ ਹਾਂ ਉਹ 20 million ton ਕੰਜ਼ਿਊਮਰ ਨੂੰ ਦੇ ਰਹੇ ਹਾਂ ਜਿਹੜਾ ਕਿ ਪੰਜਾਬ ਤੋਂ ਬਾਹਰ ਹੈ। ਸੋ ਇਹਦਾ ਕੋਈ ਫਾਰਮਰ ਨੂੰ ਫਾਇਦਾ ਨਹੀਂ ਹੁੰਦਾ। ਅੱਜ ਪੰਜਾਬ ਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ ਬਿਜਲੀ ਦੀ, ਪਾਵਰ ਫ੍ਰੀ ਹੈ, ਉਹ ਬਿਜਲੀ 7600 crore ਰੁਪਏ ਦੀ ਇਸ ਸਾਲ ਸਬਸਿਡੀ ਦੇਣੀ ਹੈ। ਉਸ ਦਾ ਲਗਭਗ 8-9% ਹੀ ਛੋਟੇ ਕਿਸਾਨਾਂ ਨੂੰ ਜਾਂਦਾ, ਬਾਕੀ ਸਾਰਾ ਵੱਡਿਆਂ ਨੂੰ ਚਲਾ ਜਾਂਦਾ। ਛੋਟੇ ਕਿਸਾਨ 34% ਨੇ, ਉਹਨਾਂ ਨੂੰ ਜਿਹੜੀ ਸਬਸਿਡੀ ਮਿਲਦੀ ਹੈ ਉਹ 7-8% ਮਿਲਦੀ ਹੈ ਬਿਜਲੀ ਦੀ। ਇਸ ਤਰ੍ਹਾਂ ਹੀ ਬਾਕੀ ਦੀਆਂ ਵੀ ਇਸ ਤਰ੍ਹਾਂ ਹੀ 8% ਮਿਲਦੀਆਂ ਨੇ। ਖੇਤੀ ਵਿੱਚ ਬਿਜਲੀ ਸਬਸਿਡੀ ਤੋਂ ਬਿਨਾਂ ਪੰਜਾਬ ਦੇ ਕਿਸਾਨਾਂ ਦੀ ਫਸਲ ਨੂੰ ਬਚਾਉਣ ਲਈ ਲਿਆਂਦੀਆਂ ਸਰਕਾਰ ਦੀਆਂ ਬੀਮਾ ਪਾਲਿਸੀ ਵੀ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਦਿੰਦੀਆਂ ਨਹੀਂ ਦਿਖਾਈ ਦੇ ਰਹੀਆਂ। ਤੇ ਇਹਦੇ ਲਈ ਜਿਹੜਾ ਬੀਮਾ ਸਕੀਮ ਹੈ ਉਹ ਅਸੀਂ ਪ੍ਰਾਈਮ ਮਿਨਿਸਟਰ ਫਸਲ ਬੀਮਾ ਯੋਜਨਾ ਸਕੀਮ ਆਈ ਸੀ, ਪਰੰਤੂ ਸਾਡੇ ਪੰਜਾਬ ਸਰਕਾਰ ਨੇ ਉਹਨੂੰ ਰਿਜੈਕਟ ਕੀਤਾ, ਕਿਉਂਕਿ ਉਹਦੇ ਕਾਫੀ ਰੀਜ਼ਨ ਸੀਗੇ। ਉਹਦੇ ਵਿੱਚ ਉਹ ਕਹਿੰਦੇ ਸੀ ਤੁਹਾਡਾ 10% ਨੁਕਸਾਨ ਹੋਣਾ ਚਾਹੀਦਾ,
ਕਈ ਵਾਰ ਸਾਡਾ 10% ਨੁਕਸਾਨ ਨਹੀਂ ਹੁੰਦਾ ਕਿਉਂਕਿ ਸਾਡੇ ਕਿਸਾਨ ਆਪਣਾ ਖਰਚਾ ਖਰਚਾ ਕਰਕੇ ਉਹ ਫਸਲ ਨੂੰ ਪਾਲ ਲੈਂਦੇ ਨੇ ਅਤੇ ਆਪਣਾ ਮੰਨ ਲਓ ਡਰਾਊਟ ਪਈ ਸੀਗੀ ਪਿੱਛੇ ਸੁੱਕਾ ਪਿਆ ਸੀਗਾ ਅਤੇ ਉਹਦੇ ਵਿੱਚ ਕਿਸਾਨਾਂ ਨੇ ਆਪਣਾ ਡੀਜ਼ਲ ਬਾਲ ਬਾਲ ਕੇ ਅਤੇ ਉਹਦੇ ਨਾਲ ਉਹ ਫਸਲ ਕਾਮਯਾਬ ਕਰਤੀ ਹੈ ਅਤੇ ਸਾਡਾ ਉਹ ਨੁਕਸਾਨ ਨਹੀਂ ਹੋਇਆ ਉਨਾ 10% ਕਦੇ ਸਾਡਾ ਨੁਕਸਾਨ ਨਹੀਂ ਹੁੰਦਾ 90% ਇੰਡੈਮਟੀ ਲੈਵਲ ਕਹਿੰਦੇ ਨੇ ਉਹਨੂੰ ਵੀ ਇੰਨਾ ਹੋਣਾ ਚਾਹੀਦਾ ਅਸੀਂ ਕਹਿੰਦੇ ਹਾਂ 95 ਕਰੋ ਇਹਨੂੰ ਅਤੇ ਇਹਨੂੰ ਅਸੀਂ ਜਿਹੜੇ ਵਿੱਚ ਹੋਰ ਕਈ ਇਹਨੂੰ ਛੋਟਾ ਯੂਨਿਟ ਹੋਵੇ ਅਤੇ ਸਾਡੇ ਕਦੇ ਇਸ ਤਰ੍ਹਾਂ ਦਾ ਹੈ ਨਹੀਂ ਵੀ ਕੋਈ ਫਲੱਡ ਆਉਂਦੇ ਨੇ ਸਾਡਾ ਸਾਰਾ ਦਾ ਸਾਰਾ ਏਰੀਆ ਬਹਿ ਉਹ ਖਤਮ ਹੋ ਜਾਂਦਾ ਬਲੋਕ ਦਾ ਬਲੋਕ ਉਹਨਾਂ ਨੇ ਬਲੋਕ ਨੂੰ ਰੱਖਿਆ ਹੋਇਆ ਜੇ ਬਲੋਕ 'ਚ ਨੁਕਸਾਨ ਹੁੰਦਾ ਤਾਂ ਕਿਸਾਨਾਂ ਦੀ ਭਰਪਾਈ ਹੋਊਗੀ ਅਤੇ ਅਸੀਂ ਕਹਿੰਦੇ ਹਾਂ ਵੀ ਸਾਡਾ ਤਾਂ ਖੇਤ ਖੇਤ ਦਾ ਬੀਮਾ ਹੋਵੇ ਅਤੇ ਜੇ ਖੇਤ 'ਚ ਇੱਕ ਖੇਤ ਕਈ ਵਾਰ ਸਾਡੇ ਗੜੇ ਪੈਂਦੇ ਨੇ ਇੱਕ ਖੇਤ 'ਚ ਪੈ ਜਾਂਦੇ ਨੇ ਇੱਕ 'ਚ ਨਹੀਂ ਪੈਂਦੇ ਇੱਕ 'ਚ 100% ਨੁਕਸਾਨ ਹੋ ਜਾਂਦਾ ਇੱਕ 'ਚ ਹੁੰਦਾ ਨਹੀਂ ਹੈਗਾ ਉਹ ਕਿਸਾਨ ਕਿੱਧਰ ਜਾਵੇ ਅਤੇ ਇਸ ਤਰ੍ਹਾਂ ਦੇ ਕਈ ਸਾਡੇ ਜਿਹੜੇ ਦੂਸਰੇ ਆਪਣੇ ਜਿਹੜੀਆਂ ਜਦ ਅਸੀਂ ਮੰਡੀਕਰਨ ਹੁੰਦਾ ਮੰਡੀ ਦੇ ਵਿੱਚ ਫਸਲ ਹੈਗੀ ਹੈ ਜਦੋਂ ਉਹ ਕੱਟੀ ਗਈ ਫਸਲ ਜੇ ਉਹਦੀਆਂ ਭਰੀਆਂ ਬੰਨੀਆਂ ਗਈਆਂ ਤਾਂ ਉਹ ਕਹਿੰਦੇ ਉਹ ਨੁਕਸਾਨ ਦੇ ਵਿੱਚ ਨਹੀਂ ਆਉਣਾ ਹੈਗਾ ਤਾਂ ਜਾਂ ਮੰਡੀ ਦੇ ਵਿੱਚ ਫਸਲ ਚਲੀ ਗਈ ਉਹਨੂੰ ਨਹੀਂ ਅਸੀਂ ਉਹ ਬੀਮਾ ਸਕੀਮ ਦੇ ਵਿੱਚ ਲੈ ਕੇ ਆਉਣਾ ਇਹ ਅਸੀਂ ਸਾਰਾ ਕੁਛ ਜੇ ਸਾਡਾ ਉਹ ਹੋਊਗਾ ਤਾਂ ਸਾਡੇ ਕਿਸਾਨ ਭਰਾ ਵੀ ਚਾਹੁੰਦੇ ਨੇ ਵੀ ਕੋਈ ਬੀਮਾ ਹੋਵੇ ਸਰਕਾਰ ਨਾ ਤਾਂ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀ ਪੈਦਾਵਾਰ ਦਾ ਸਹੀ ਮੁੱਲ ਦੇ ਰਹੀ ਹੈ ਅਤੇ ਨਾ ਹੀ ਕੋਈ ਰੋਜ਼ਗਾਰ ਫੌਜ ਦੀ ਭਰਤੀ ਸਬਸਿਡੀ ਇੰਡਸਟਰੀ ਮਿਲਾ ਕੇ ਹੋਰ ਸਕੀਮਾਂ ਵਿੱਚੋਂ ਵੀ ਪੰਜਾਬ ਨੂੰ ਕੱਢਿਆ ਜਾ ਰਿਹਾ ਇਸੇ ਕਰਕੇ ਪੰਜਾਬ ਦਾ ਕਿਸਾਨ ਨਿਰਾਸ਼ਤਾ ਦੇ ਹਨੇਰੇ ਵਿੱਚ ਨਿਗਰਦਾ ਜਾ ਰਿਹਾ ਪੂਰੇ ਹਿੰਦੁਸਤਾਨ ਦੀ ਜੇਕਰ ਗੱਲ ਕਰੀਏ ਤਾਂ 2011 ਦੀ ਜਨਗਣਨਾ ਅਨੁਸਾਰ 52% ਲੋਕ ਖੇਤੀ ਨਾਲ ਜੁੜੇ ਹੋਏ ਸਨ ਜਿਨ੍ਹਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਦਸੰਬਰ 2012 ਵਿੱਚ ਇੰਸਟੀਟਿਊਟ ਆਫ ਐਪਲਾਈਡ ਮੈਨਪਾਵਰ ਰਿਸਰਚ ਦੇ ਅਨੁਸਾਰ ਪਿਛਲੇ 20 ਸਾਲਾਂ ਦੇ ਵਿੱਚ 1.5 ਕਰੋੜ ਲੋਕ ਖੇਤੀ ਕਰਨੀ ਛੱਡ ਚੁੱਕੇ ਨੇ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਉਦੋਂ ਕਿਸਾਨਾਂ ਨੇ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕੀਤਾ ਪਰ ਅੱਜ ਸਰਕਾਰ ਕਿਸਾਨਾਂ ਦੀ ਲੋੜਾਂ ਨੂੰ ਪੂਰਾ ਕਰਨ ਤੋਂ ਪਾਸਾ ਵਟਦੀ ਜਾ ਰਹੀ ਹੈ ਲਾਲ ਬਹਾਦਰ ਸ਼ਾਸਤਰੀ ਨੇ ਨਾਰਾ ਦਿੱਤਾ ਸੀ ਜਦੋਂ ਪ੍ਰਧਾਨ ਮੰਤਰੀ ਸੀ ਪ੍ਰੋਡਿਊਸ ਔਰ ਪੈਰਿਸ਼ ਬੱਸਾਂ ਦੇ ਵਿੱਚ ਲਿਖਿਆ ਹੁੰਦਾ ਸੀ ਪੈਦਾ ਕਰੋ ਜਾਂ ਮਰ ਜਾਓ ਕਿਸਾਨਾਂ ਨੇ ਕਬੂਲ ਕੀਤਾ ਉਹ ਨਾਰੇ ਨੂੰ ਉਹਦੇ 'ਤੇ ਅਮਲ ਕੀਤਾ ਔਰ ਅਸੀਂ ਦਿਨਾਂ ਵਿੱਚ ਦੇਸ਼ ਨੂੰ ਅੰਨ ਸੰਕਟ 'ਚੋਂ ਬਾਹਰ ਕੱਢਤਾ ਮੁੜ ਕੇ ਕਦੀ ਦੇਸ਼ ਅੰਨ ਸੰਕਟ 'ਚ ਨਹੀਂ ਫਸਿਆ ਤਾਂ ਫਿਰ ਕਿਸਾਨ ਦਾ ਕਸੂਰ ਕਿੱਥੇ ਹੋਇਆ ਉਹਨੇ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਈ ਕਸੂਰ ਕਿਤੇ ਪਾਲਿਸੀ ਦਾ ਭਾਰਤ ਸਰਕਾਰ ਦੀ ਕਿਸਾਨ ਪ੍ਰਤੀ ਮਾਰੂ ਪਾਲਿਸੀ ਅਤੇ ਕਿਸਾਨ ਨੂੰ ਉਹਨਾਂ ਦੀ ਫਸਲ ਦਾ ਸਹੀ ਮੁੱਲ ਨਾ ਮਿਲਣਾ ਖੇਤੀ ਦੀ ਨਿਗਰਦੀ ਹਾਲਤ ਦਾ ਇੱਕ ਵੱਡਾ ਕਾਰਨ ਸਾਬਤ ਹੁੰਦਾ ਜਾ ਰਿਹਾ ਸਰਕਾਰ ਨੇ ਪਿਛਲੇ 12 ਸਾਲਾਂ 'ਚ 55 ਲੱਖ ਕਰੋੜ ਰੁਪਈਆ ਕਾਰਪੋਰੇਟ ਹਾਊਸਿਸ ਨੂੰ ਇੰਡਸਟਰੀ ਨੂੰ ਟੈਕਸ ਬੈਨੀਫਿਟ ਅਤੇ ਇਨਸੈਂਟਿਵਸ ਦੇ ਦਿੱਤੇ ਅਤੇ ਉਹਨਾਂ ਦਾ ਹਰ ਸਾਲ NPA ਵਧੀਆ ਵਧੀ ਜਾ ਰਿਹਾ ਉਹਨਾਂ ਖਾਤਰ ਕਾਨੂੰਨ ਹੋ ਰਿਹਾ ਉਹਨਾਂ ਦੀ ਤਾਂ ਕੋਈ ਜ਼ਮੀਨ ਵੀ ਨਹੀਂ ਪਲੈਜ ਕਰਦਾ ਉਹਨਾਂ ਦੀ ਕੋਈ ਪਲਾਂਟ ਨਹੀਂ ਪਲੈਜ ਕਰਦਾ ਉਹਨਾਂ ਨੂੰ 1000 ਕਰੋੜ ਰੁਪਈਆ ਦੇ ਦਿੱਤਾ ਜਾਂਦਾ ਹੈ ਅਤੇ ਸਾਡੀ ਤਾਂ ਜ਼ਮੀਨ ਵੀ ਜੇ 20 ਲੱਖ ਦਾ ਕਿੱਲਾ 2 ਲੱਖ ਰੁਪਈਆ ਇਹਦੀ ਕੀਮਤ ਪਾ ਕੇ ਪਲੈਜ ਕੀਤੀ ਜਾਂਦੀ ਹੈ ਉਹਦੇ ਕੁਰਕੀ ਦੇ ਆਰਡਰ ਲੈ ਆਉਂਦੇ ਨੇ ਉਹਨਾਂ ਦਾ NPA 'ਚ ਪਾ ਦਿੱਤਾ ਜਾਂਦਾ ਉਹਨਾਂ ਨੂੰ ਬਚਾਉਣ ਵਾਸਤੇ ਹਰ ਉਪਰਾਲਾ ਕੀਤਾ ਜਾਂਦਾ ਕਿਸਾਨ ਨੂੰ ਰਿਆਇਤ ਦੇਣ ਲਈ ਸਰਕਾਰ ਨੇ ਕਦੇ ਕੁਛ ਨਹੀਂ ਕੀਤਾ ਕੋਈ ਕਦਮ ਨਹੀਂ ਚੱਕਿਆ ਸਰਕਾਰ ਦੁਆਰਾ ਖੇਤੀ ਲਈ ਵਰਤੀਆਂ ਜਾਂਦੀਆਂ ਚੀਜ਼ਾਂ ਸੰਦ ਮਸ਼ੀਨਰੀ
ਅਤੇ ਤੇਲ ਦੇ ਰੇਟ ਤਾਂ ਵਧਾ ਦਿੱਤੇ ਜਾਂਦੇ ਨੇ ਪਰ ਖਰਚ ਦੇ ਮੁਕਾਬਲੇ ਮੁੱਲ ਨਹੀਂ ਵਧਾਇਆ ਜਾਂਦਾ। ਜੇਕਰ ਕਿਸਾਨ ਦੀ ਫਸਲ ਦੀ ਕੀਮਤ ਨਹੀਂ ਵਧੇਗੀ ਤਾਂ ਉਸਦਾ ਗੁਜ਼ਾਰਾ ਵੀ ਮੁਸ਼ਕਿਲ ਹੈ। ਪਹਿਲਾਂ ਵੀ ਖੇਤੀ ਕਰਦੇ, ਹੁਣ ਵੀ ਖੇਤੀ ਕਰਦੇ ਹਾਂ। ਪਹਿਲਾਂ ਜਾਂ ਖੇਤੀ ਕਰਦੇ ਤੇ ਜਾਂ ਇੰਜਣ ਲੱਗੇ ਹੈ, ਜਦ 75 ਪੈਸੇ ਡੀਜ਼ਲ ਦਾ ਰੇਟ ਹੁੰਦਾ ਸੀਗਾ, 75 ਪੈਸੇ ਹੀ ਕਣਕ ਹੁੰਦੀ ਸੀ ਉਸ ਟਾਈਮ। ਹੁਣ 60-62 ਰੁਪਏ ਡੀਜ਼ਲ ਹੋਇਆ, ਕਣਕ ਦਾ ਉਹੀ 1500 ਰੁਪਏ ਰੇਟ ਹੈ, 4 ਗੁਣਾ ਡੀਜ਼ਲ ਵੱਧ ਗਿਆ, ਬਚੂਗਾ ਇਹਦੇ ਵਿੱਚ ਹੁਣ ਕਿਸਾਨ ਨੂੰ? ਕਿਹੜੀ ਚੀਜ਼ ਹੈ ਜਿਹੜੀ ਅਸੀਂ ਨਹੀਂ ਪੈਦਾ ਕੀਤੀ ਔਰ ਉਹਦਾ ਸਾਨੂੰ ਭਾਅ ਮਿਲਿਆ ਹੋਵੇ? ਹਰ ਚੀਜ਼ ਦੇ ਭਾਅ ਕ੍ਰੈਸ਼ ਕਰ ਗਏ। ਇੱਕ ਬਦਕਿਸਮਤੀ ਹੈ ਇਸ ਦੇਸ਼ ਦੀ, ਵੀ ਕਿਸਾਨ ਨੂੰ ਸਾਰਿਆਂ ਨੇ ਇਸ ਤਰ੍ਹਾਂ ਸਮਝ ਲਿਆ ਵੀ ਇਹ ਤਾਂ ਦਾਣੇ ਬਣਾਉਣ ਵਾਲਾ ਸੰਦ ਹੈ। ਹਰ ਕੋਈ ਕਹਿੰਦਾ ਸਾਨੂੰ ਕੁਆਲਿਟੀ ਦੀ ਚੀਜ਼ ਪੈਦਾ ਕਰਕੇ ਦੇਵੇ, ਪਰ ਸਾਤੇ ਪੈਸਾ ਨਾ ਮੰਗੇ। ਜਦੋਂ ਸਾਡਾ ਮੀਡੀਆ ਕੀ ਕਰਦਾ ਵੀ ਜੇ ਤਾਂ ਮਾਰਕੀਟ ਦੇ ਵਿੱਚ ਕਿਸਾਨ ਰੁਲਦਾ ਫਿਰ ਤਾਂ ਕੋਈ ਕੁਛ ਨਹੀਂ ਕਹਿੰਦਾ, ਅਤੇ ਜਿੱਦਣ ਉਹਦੇ ਰੇਟ ਕਿਤੇ ਥੋੜ੍ਹੇ ਜਿਹੇ ਮਹਿੰਗੇ ਹੁੰਦੇ ਨੇ ਫਿਰ ਦੁਕਾਨ ਲਾ ਕੇ ਬਹਿ ਜਾਂਦੇ ਨੇ ਟੀਵੀ ਚੈਨਲ ਵਾਲੇ। ਦੇਖੋ ਜੀ, ਟਮਾਟਰ ਸਬਜ਼ੀ ਤੋਂ ਬਾਹਰ ਹੋ ਗਿਆ, ਸਬਜ਼ੀ ਕਿਸਾਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ, ਦੁੱਧ ਦੇਖੋ ਜੀ ਬੱਚਿਆਂ ਦੇ ਮੂੰਹ ਚੋਂ ਖੋ ਲਿਆ। ਹਰ ਖਿੱਤੇ ਦਾ ਵਪਾਰੀ ਆਪਣੀ ਫਸਲ ਦਾ ਮੁੱਲ ਆਪ ਤੈਅ ਕਰਦਾ, ਪਰ ਕਿਸਾਨ ਹੀ ਇੱਕ ਅਜਿਹਾ ਜਿਸ ਨੂੰ ਆਪਣੀ ਜਿਣਸ ਦੇ ਭਾਅ ਲਈ ਸਰਕਾਰ ਅਤੇ ਸ਼ਾਹੂਕਾਰਾਂ ਦੇ ਮੂੰਹ ਵੱਲ ਵੇਖਣਾ ਪੈਂਦਾ। ਜੋ ਫਸਲ ਵਪਾਰੀ ਦੇ ਹੱਥਾਂ ਵਿੱਚ ਜਾ ਕੇ ਸੋਨਾ ਬਣ ਜਾਂਦੀ ਹੈ, ਕਿਸਾਨ ਨੂੰ ਉਸਦਾ ਮੁੱਲ ਮਿੱਟੀ ਬਰਾਬਰ ਮਿਲਦਾ। ਜਿਹੜੀ ਪ੍ਰੋਡਿਊਸ ਕਿਸਾਨ ਪੈਦਾ ਕਰ ਰਿਹਾ ਉਹਦਾ ਰੇਟ ਵੀ ਉਹ ਖੁਦ ਨਹੀਂ ਫਿਕਸ ਕਰ ਸਕਦਾ। ਸੋ ਇੱਕ ਕਿਸਮ ਦਾ ਡਿਸਪੋਜੈਸ ਹੋ ਗਿਆ, ਜਿਹੜੀਆਂ ਚੀਜ਼ਾਂ ਦੇ ਉੱਪਰ ਉਹਦਾ ਕਬਜ਼ਾ ਸੀ ਕੁਦਰਤੀ ਸੋਰਸਾਂ 'ਤੇ, ਉਹ ਖਤਮ ਹੋ ਗਏ ਨੇ, ਉਹਦਾ ਕੰਟਰੋਲ ਵੀ ਨਹੀਂ ਰਿਹਾ। ਜਿਹੜਾ ਮਾਮੂਲੀ ਰੇਹੜੀ ਚਲਾਉਂਦਾ ਅਸੀਂ ਉਹਦੀ ਮਿਹਨਤ ਕਰਦੇ ਨੇ ਸਾਡੀ ਸਬਜ਼ੀ ਖਰੀਦ, ਇਹੀ ਹਾਲ ਸਾਡੀ ਮੋਟੀਆਂ ਫਸਲਾਂ ਦਾ। ਅਸੀਂ ਇੰਨੀ ਮਿਹਨਤ ਦੇ ਨਾਲ 6-6-7-7 ਮਹੀਨੇ ਮਿਹਨਤ ਕਰਕੇ ਮਾਰਕੀਟ 'ਚ ਲਿਜਾਂਦੇ ਹਾਂ, ਵਪਾਰੀ ਦੇ ਅਸੀਂ ਹੱਥ ਪੈਰ ਫੜਦੇ ਵੀ ਮੇਰੀ ਫਸਲ ਦਾ ਰੇਟ ਲਾ, ਜਦੋਂ ਕਿ ਉਹ ਸਾਡੇ 'ਤੇ ਹੱਸਦੇ ਆ ਵੀ ਦੇਖ ਮੇਰੀ ਇਹ ਕਿਵੇਂ ਮਿਹਨਤ ਕਰਦਾ ਇਹ ਫਸਲ ਵੀ। ਜੇ ਅਸੀਂ ਝੋਨਾ ਲਿਜਾਂਦੇ ਖੇਤ 'ਚ, ਵਪਾਰੀ ਦੀ ਅਸੀਂ ਮਿਹਨਤ ਕਰ ਕਰਕੇ ਉਹਨੂੰ ਝੋਨਾ ਦਿੰਦੇ, ਔਰ ਉਹ ਮਨ ਮਰਜ਼ੀ ਦਾ ਰੇਟ ਲਾਉਂਦਾ। ਜਿਵੇਂ ਸਬਜ਼ੀਆਂ ਨੇ, ਹੋਰਟੀਕਲਚਰ ਹੈਗਾ, ਉਸ ਦੀ ਮਾਰਕੀਟਿੰਗ ਕੋਈ ਨਹੀਂ ਹੈ, ਇਹ ਸਿਰਫ ਟ੍ਰੇਡਰ ਦੀ ਖਾਤਰ ਹੈਗੀਆਂ। ਦਾਲਾਂ ਲਗਾ ਲਓ, ਇੱਕ ਵਾਰੀ ਲਗਾਈ, ਮੈਂ ਵੇਚਣ ਜਾਵਾਂ ਤਾਂ 30 ਰੁਪਏ, ਬਾਜ਼ਾਰ 'ਚ ਖਰੀਦਣ ਜਾਵਾਂ ਤਾਂ 70 ਰੁਪਏ, ਕੋਈ ਪੁੱਛਦਾ ਨਹੀਂ, ਇੰਨੇ ਤੇ ਦੇ ਜਾਓ ਜੀ, 30 ਰੁਪਏ ਤੋਂ ਉੱਪਰ ਕੋਈ ਦੁਬਾਰ ਨਹੀਂ ਲੈ। ਇੱਕ ਪਾਸੇ ਤਾਂ ਸਰਕਾਰ ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰਨ ਦੀਆਂ ਯੋਜਨਾਵਾਂ ਬਣਾ ਰਹੀ ਹੈ, ਤੇ ਦੂਜੇ ਪਾਸੇ ਇਹ ਕਹਿ ਰਹੀ ਹੈ ਕਿ ਫਸਲ ਦਾ ਮੁੱਲ ਵੱਧ ਇਸ ਲਈ ਨਹੀਂ ਦੇ ਸਕਦੇ ਕਿ ਇਸ ਮਹਿੰਗੇ ਅਨਾਜ ਨੂੰ ਗਰੀਬ ਖਰੀਦ ਕਿੱਦਾਂ ਸਕੇਗਾ। ਸਰਕਾਰ ਕਹਿੰਦੀ ਅਸੀਂ ਮੁੱਲ ਥੋੜ੍ਹਾ ਦੇ ਰਹੇ ਹਾਂ ਕਿ ਸਾਰੇ ਹਿੰਦੁਸਤਾਨ ਦੀ ਗਰੀਬੀ ਨੂੰ ਗਰੀਬ ਇੰਨਾ ਅਫੋਰਡ ਨਹੀਂ ਕਰ ਸਕਦੇ, ਉਹਨਾਂ ਨੂੰ ਸਸਤੇ ਭਾਅ 'ਤੇ ਮਿਲਣਾ ਚਾਹੀਦਾ, ਜਿਣਸ ਮਿਲਣੀ ਚਾਹੀਦੀ ਹੈ। ਜੇ ਸਸਤੇ ਭਾਅ 'ਤੇ ਜਾਂਦੀ ਹੈ ਕਿਸਾਨ ਦੇ ਸਿਰ ਤੋਂ ਜਾਊ, ਜਾਣਾ ਚਾਹੀਦਾ ਸੀਗਾ ਸਟੇਟ ਦੇ ਸਿਰ ਤੋਂ, ਤਾਂ ਕਿਸਾਨ ਦੇ ਉੱਤੇ ਸਾਰਾ ਉਹਦੀ ਜ਼ਮੀਨ ਰੋਕ ਲਈ, ਉਹਦੀ ਜਿਣਸ ਦਾ ਭਾਅ ਤੁਸੀਂ ਰੋਕ ਲਿਆ, ਉਹ ਵਿਚਾਰਾ ਅੱਜ ਭੁੱਖਾ ਮਰ ਰਿਹਾ। ਮੋਦੀ ਜੀ ਅੱਜ ਕਹਿੰਦੇ ਨੇ ਵੀ ਮੈਂ 2022 ਤੱਕ ਜਿਹੜੀ ਹੈਗੀ ਆ ਕਿਸਾਨਾਂ ਦੀ ਇਨਕਮ ਉਹ ਡਬਲ ਕਰਨੀ ਹੈ। ਅੱਜ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਇੱਕ ਕਿਸਾਨ ਫੈਮਿਲੀ ਦੀ ਐਵਰੇਜ ਮੰਥਲੀ ਇਨਕਮ 1666 ਰੁਪਏ ਮਹੀਨਾ ਹੈ, ਉਹਨੂੰ ਦੁੱਗਣੀ ਕਰਕੇ 3332 ਕਰੋਗੇ 5 ਸਾਲ ਬਾਅਦ, ਉਦੋਂ ਤੱਕ ਇਨਫਲੇਸ਼ਨ ਦਾ ਰੇਟ ਕੀ ਹੋਏਗਾ,
ਉਹ ਪੈਸਿਆਂ ਦੀ ਕੋਈ ਕੀਮਤ ਹੋਏਗੀ? ਅੱਜ ਇੱਕ 30,000 ਰੁਪਏ ਤੋਂ ਘੱਟ ਤਾਂ ਪੀਐਨ ਨੂੰ ਤਾਂ ਕਿਸੇ ਨੂੰ ਮਿਲਦਾ ਨਹੀਂ ਜੀ। ਕਿਸਾਨ ਨੂੰ ਤੁਸੀਂ 3,332 'ਤੇ ਲਿਜਾਣਾ ਚਾਹੁੰਦੇ ਅੱਜ 1,666 ਤੋਂ। ਪੰਜਾਬ ਦੇ ਕਿਸਾਨ ਦੀ 2,000 ਹੈ, ਇਹਦੀ ਥੋੜ੍ਹੀ ਜਿਹੀ ਅੱਗੇ ਆ ਮਹੀਨੇ ਦੀ, ਅਤੇ ਇੱਦਾਂ ਕਿਵੇਂ ਸਰਵਾਈਵ ਕਰੇਗਾ? ਸੁਇਸਾਈਡ ਦੇ ਪਿੱਛੇ ਕਾਰਨ ਇਹੀ ਹੈ, ਕਿਸਾਨ ਦੀ ਨੈੱਟ ਇਨਕਮ ਹੈ ਹੀ ਨਹੀਂ। ਜਦੋਂ ਵੀ ਪੰਜਾਬ ਦੀ ਕਿਸਾਨੀ ਨੂੰ ਸੁਧਾਰਨ ਦੀ ਗੱਲ ਆਉਂਦੀ ਹੈ ਤਾਂ ਸਵਾਮੀਨਾਥਨ ਦੀ ਰਿਪੋਰਟ ਦਾ ਜ਼ਿਕਰ ਵਿੱਚ ਜ਼ਰੂਰ ਆਉਂਦਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਰਿਪੋਰਟ ਨੂੰ ਦੱਸੇ ਅਨੁਸਾਰ ਲਾਗੂ ਕਰ ਦਿੱਤਾ ਜਾਵੇ ਤਾਂ ਕਿਸਾਨੀ ਦੀ ਹਾਲਤ ਸੁਧਰ ਸਕਦੀ ਹੈ। ਸਰਕਾਰ ਲਈ ਮੁਸ਼ਕਲ ਇਸ ਕਰਕੇ ਹੋ ਗਈ, ਹੁਣ ਉਹਨਾਂ ਨੂੰ ਹੋਸ਼ ਆਈ ਹੈ, ਰਿਪੋਰਟ ਤੋਂ ਲੈ ਬੈਠੇ, ਬੜਾ ਵਧੀਆ ਸਾਇੰਟਿਸਟ ਸੀ, ਉਹਨੇ ਰਿਪੋਰਟ ਬਹੁਤ ਕਮਾਲ ਦੀ ਦਿੱਤੀ ਹੈ। ਜੇ ਉਹ ਰਿਪੋਰਟ ਲਾਗੂ ਹੋ ਜਾਂਦੀ ਹੈ ਇਨ ਟੋਟੋ, ਮੈਂ ਸਮਝਦਾ ਸਾਰੇ ਦੇਸ਼ ਲਈ ਇੱਕ ਬਹੁਤ ਵੱਡਾ ਸ਼ੁਭ ਸ਼ਗਨ ਹੋ ਔਰ ਦੇਸ਼ ਦਾ ਕਾਇਆ ਕਲਪ ਹੋ ਜਾਏਗਾ। ਆਹ ਪੋਲੀਟੀਸ਼ੀਅਨ ਜਿਹੜਾ ਇਹਨੇ ਗੰਦ ਪਾਇਆ ਉਹ ਸਾਰਾ ਨੰਗਾ ਹੁੰਦਾ, ਉਹਦੇ ਕਰਕੇ ਉਹ ਲਾਗੂ ਨਹੀਂ ਹੋ ਰਹੀ। ਸਰਕਾਰ ਦੇ ਖੇਤੀ ਪ੍ਰਤੀ ਰਵੱਈਏ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ ਪੰਜਵੀਂ ਪੰਜ ਵਰਸ਼ੀ ਯੋਜਨਾ ਵਿੱਚ ਜਿੱਥੇ 15% ਹਿੱਸਾ ਖੇਤੀ ਲਈ ਰੱਖਿਆ ਗਿਆ ਸੀ, ਉਹ 11ਵੀਂ ਪੰਜ ਵਰਸ਼ੀ ਯੋਜਨਾ ਤੱਕ ਆਉਂਦੇ ਆਉਂਦੇ ਸਿਰਫ 3.7% ਹੀ ਰਹਿ ਗਿਆ। ਤਾਂ ਸਾਨੂੰ ਖੇਤੀ ਨੂੰ ਕਾਮਯਾਬ ਕਰਨ ਲਈ ਬਹੁਤ ਹੰਭਲੇ ਮਾਰਨੇ ਚਾਹੀਦੇ ਆ, ਅਤੇ ਖੇਤੀ ਨੂੰ ਕਾਮਯਾਬ ਕਰਨ ਦੇ ਲਈ ਸਾਰਿਆਂ ਤੋਂ ਵੱਡਾ ਕੰਮ ਇਹ ਹੈ ਕਿ ਸਾਨੂੰ ਸਾਡੀ ਸਰਕਾਰ ਨੂੰ ਆਪਣੀ ਜਿਹੜੀ ਇਨਵੈਸਟਮੈਂਟ ਹੈ ਉਹ ਖੇਤੀ ਦੇ ਵਿੱਚ ਵਧਾਉਣੀ ਚਾਹੀਦੀ ਹੈ। ਉਹ ਖੇਤੀ ਦੇ ਵਿੱਚ ਇਰੀਗੇਸ਼ਨ ਦਾ ਪ੍ਰਬੰਧ ਕਰੇ, ਉਹ ਖੇਤੀ ਦੇ ਵਿੱਚ ਇਨਪੁੱਟਸ ਦਾ ਪ੍ਰਬੰਧ ਕਰੇ, ਉਹ ਖੇਤੀ ਮਸ਼ੀਨਰੀ ਦਾ ਪ੍ਰਬੰਧ ਕਰੇ, ਉਹ ਖੇਤੀ ਦੇ ਵਿੱਚ ਖੋਜ ਦਾ ਪ੍ਰਬੰਧ ਕਰੇ। ਤਾਂ ਇਹਦੇ ਉੱਤੇ ਸਾਨੂੰ ਜਿਹੜਾ ਵੱਡਾ ਹਿੱਸਾ ਜਿਹੜਾ ਬਜਟ ਦਾ ਉਹ ਲਾਉਣਾ ਚਾਹੀਦਾ ਹੈ। ਪਰ ਆਮ ਤੌਰ 'ਤੇ ਘੱਟ ਵਿਕਸਿਤ ਦੇਸ਼ਾਂ ਦੀ ਇਹ ਤਰਾਸਦੀ ਹੈ ਕਿ ਸਾਡੇ ਵਰਗੇ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਜਿਹੜੇ ਉਹ ਖੇਤੀ ਉੱਤੇ ਨਿਰਭਰ ਹੁੰਦੇ ਨੇ, ਖੇਤੀ 'ਚੋਂ ਰੁਜ਼ਗਾਰ ਕਮਾਉਂਦੇ ਨੇ, ਖੇਤੀ 'ਚੋਂ ਉਹਨਾਂ ਦੀ ਆਮਦਨ ਬਣਦੀ ਹੈ, ਪਰ ਖੇਤੀ 'ਚ ਘੱਟ ਪੈਸੇ ਖਰਚ ਕਰਦੇ ਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅੰਨਦਾਤੇ ਦੀ ਹਾਲਤ ਨੂੰ ਸੁਧਾਰਨ ਲਈ, ਖੇਤੀ ਦੇ ਅਨੁਕੂਲ ਹਾਲਾਤ ਪੈਦਾ ਕਰਨ ਲਈ ਯੋਗ ਅਤੇ ਠੋਸ ਕਦਮ ਚੁੱਕੇ।